ਸਤਿ ਸ਼੍ਰੀ ਅਕਾਲ ਦੋਸਤੋ, ਕਿਵੇਂ ਹੋ ਸਾਰੇ ਤੇ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਤੁਹਾਡੇ ਅੱਗੇ ਇੱਕ ਨਵੀਂ ਵੀਡੀਓ। ਦੋਸਤੋ 2019 ਦੇ ਵਿੱਚ ਨਵੰਬਰ ਮਹੀਨੇ ਦੇ ਵਿੱਚ ਇੱਕ ਗਾਣਾ ਆਇਆ ਸੀ ਫਿਲਹਾਲ, ਜੋ ਕਿ ਅੱਜ 1 ਬਿਲੀਅਨ ਵਿਊ ਤੇ ਪਹੁੰਚ ਚੁੱਕਿਆ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਉਹ ਗਾਣਾ ਸਾਰਿਆਂ ਨੂੰ ਹੀ ਵਧੀਆ ਲੱਗਿਆ ਸੀ, ਕਿਉਂਕਿ ਉਦੋਂ ਤੱਕ ਅਕਸ਼ੇ ਕੁਮਾਰ ਤੇ ਕੋਈ ਬਲੇਮ ਨਹੀਂ ਆਇਆ ਸੀ। ਜੇ ਅੱਜ ਦੀ ਗੱਲ ਕਰੀਏ ਤਾਂ ਅੱਜ ਵੀ ਅਕਸ਼ੇ ਕੁਮਾਰ ਦਾ ਗਾਣਾ ਆ ਰਿਹਾ, ਜਿਸ ਦਾ ਟੀਜ਼ਰ ਕੇ ਲਾਂਚ ਹੋ ਚੁੱਕਿਆ। ਗਾਣਾ ਅਜੇ ਪਤਾ ਨਹੀਂ ਕਦੋਂ ਆ ਰਿਹਾ। ਸੋ ਉਹ ਗਾਣਾ ਹੈ ਫਿਲਹਾਲ 2। ਬਾਈ ਗਾਣਾ ਵੀ ਵਧੀਆ ਹੋ ਸਕਦਾ, ਸਭ ਕੁਝ ਵਧੀਆ ਹੋ ਸਕਦਾ, ਐਕਟਿੰਗ ਵੀ ਵਧੀਆ ਹੋ ਸਕਦੀ ਆ। ਬਾਈ ਇਹ ਨਾ ਭੁੱਲਿਓ ਕਿ ਇਹ ਉਹੀ ਅਕਸ਼ੇ ਕੁਮਾਰ ਆ ਜਿਹਨੇ ਕਿਸਾਨਾਂ ਬਾਰੇ ਅੱਜ ਤੱਕ ਇੱਕ ਵੀ ਸ਼ਬਦ ਨਹੀਂ ਕਿਹਾ। ਇੱਥੋਂ ਤੱਕ ਕਿ ਜਦੋਂ ਕਿਸਾਨਾਂ ਬਾਰੇ ਇਹਦੀ ਪੋਸਟ ਥੱਲੇ ਕਮੈਂਟ ਕੀਤੇ ਗਏ, ਬਾਈ ਤੁਸੀਂ ਕਿਸਾਨਾਂ ਬਾਰੇ ਕਿਉਂ ਨਹੀਂ ਬੋਲਦੇ, ਕਿਸਾਨਾਂ ਬਾਰੇ ਤੁਸੀਂ ਗੱਲ ਨਹੀਂ ਕਰਦੇ, ਤਾਂ ਇਸ ਬੰਦੇ ਨੇ ਉਹ ਕਮੈਂਟ ਵੀ ਡਿਲੀਟ ਕਰਤੇ। ਹੁਣ ਦੱਸੋ ਤੁਸੀਂ ਇਸਦਾ ਗਾਣਾ ਸੁਣੋਗੇ? ਉਹ ਜਿਹਦੇ ਨਾਲ ਦੇ ਬੰਦੇ ਬੀਪਰਾਕ ਜਾਨੀ ਤੇ ਐਮੀ ਵਰਕ, ਠੀਕ ਆ ਬਾਈ। ਐਮੀ ਵਰਕ ਦਾ ਵੀ ਬਾਈਕਾਟ ਕਰੋ ਵੀਰੇ, ਮੈਂ ਤੁਹਾਨੂੰ ਇਹ ਗੱਲ ਕਹਿਣਾ। ਐਮੀ ਵਰਕ ਦੀ ਪੁਆੜਾ ਫਿਲਮ ਆਈ ਸੀਗੀ, ਜਿਹੜੇ ਪ੍ਰੋਡਿਊਸਰ ਸੀਗੇ ਉਹ ਫਿਲਮ ਦੇ ਸੀਗੇ ਆਪਣੇ ਜੀ ਸਟੂਡੀਓ ਵਾਲੇ। ਜੀ ਮੀਡੀਆ ਉਹੀ ਹੈ ਵੀਰੇ ਜਿਹੜਾ ਕਿਸਾਨਾਂ ਨੂੰ ਅੱਤਵਾਦੀ ਕਹਿੰਦਾ। ਸੋ ਵੀਰੇ ਇਹ ਮੈਂ ਕਹਿੰਦਾ ਨੀ ਵੀ ਗਾਣਾ ਨਾ ਸੁਣਿਓ, ਗਾਣਾ ਸੁਣਿਓ, ਗਾਣੇ ਥੱਲੇ ਇੱਕ ਡਿਸਲਾਈਕ ਵੀ ਜ਼ਰੂਰ ਕਰਕੇ ਜਾਇਓ। ਲੋਕ ਮੰਗਦੇ ਹੁੰਦੇ ਕਿ ਬਾਈ ਗਾਣੇ ਨੂੰ ਲਾਈਕ ਕਰੋ। ਬਾਈ ਜੇ ਤੁਸੀਂ ਕਿਸਾਨਾਂ ਦਾ ਸਾਥ ਦਿੰਦੇ ਹੋ, ਜਿੰਨੇ ਵੀ ਮੇਰੇ ਪੰਜਾਬੀ ਭਰਾ ਨੇ, ਸਾਰਿਆਂ ਨੂੰ ਮੈਂ ਕਹਿੰਦਾ ਵੀਰੇ ਗਾਣੇ ਨੂੰ ਡਿਸਲਾਈਕ ਕਰੋ, ਕਿਉਂਕਿ ਇਹ ਉਹੀ ਬੰਦੇ ਨੇ ਜਿਹੜੇ ਕਿ ਉੱਤੋਂ ਉੱਤੋਂ ਦਾ ਕਿਸਾਨਾਂ ਦਾ ਸਾਥ ਦਿੰਦੇ ਨੇ, ਐਮੀ ਵਿਰਕ, ਬੀਪਰਾਕ ਜਾਨੀ ਅਰਗੇ। ਚਲੋ ਅਕਸ਼ੇ ਕੁਮਾਰ ਦਾ ਪਤਾ ਹੀ ਆਪਾਂ ਨੂੰ, ਕਿਸਾਨਾਂ ਬਾਰੇ ਅੱਜ ਤੱਕ ਇੱਕ ਵੀ ਸ਼ਬਦ ਨਹੀਂ ਬੋਲਿਆ, ਕਿਉਂਕਿ ਜੰਮੇ ਹੀ ਪੰਜਾਬ 'ਚ ਆ ਬਾਈ ਉਹ, ਪੰਜਾਬ 'ਚ ਜੰਮ ਕੇ ਤੇ ਪੰਜਾਬ 'ਚ ਹੀ ਸਾਰਾ ਕੁਛ ਆਪਦੀ ਪ੍ਰਸਿੱਧੀ ਹਾਸਲ ਕਰ ਗਏ, ਅੱਜ ਉਹ ਪੰਜਾਬ ਬਾਰੇ ਨਹੀਂ ਬੋਲ ਰਿਹਾ। ਸੋ ਮੈਂ ਇਹੀ ਗੱਲ ਕਹਿਣਾ ਚਾਹੁੰਦਾ ਵੀ ਇਹਨਾਂ ਤਿੰਨਾਂ ਚਾਰਾਂ ਜਾਣਿਆਂ ਦਾ ਬਾਈਕਾਟ ਕਰੋ। ਇੱਕ ਬੀਪਰਾਕ ਆ, ਇੱਕ ਜਾਨੀ ਆ ਤੇ ਇੱਕ ਐਮੀ ਵਿਰਕ ਆ ਤੇ ਇੱਕ ਆਪਣਾ ਅਕਸ਼ੇ ਕੁਮਾਰ ਆ, ਇਹਨਾਂ ਸਾਰਿਆਂ ਦਾ ਬਾਈਕਾਟ ਕਰੋ ਬਾਈ। ਐਮੀ ਵਿਰਕ ਨੇ ਤਾਂ ਉਦੋਂ ਹੀ ਸ਼ੂਟਿੰਗ ਸ਼ੁਰੂ ਕਰਤੀ ਸੀ ਫਰਵਰੀ ਮਹੀਨੇ ਦੇ ਵਿੱਚ, ਅਕਸ਼ੇ ਕੁਮਾਰ ਹੋਣਾ ਨਾ। ਸੋ ਬਹੁਤ ਗਲਤ ਗੱਲ ਆ। ਸੋ ਕਈ ਬੰਦੇ ਕਮੈਂਟ ਵੀ ਕਰਨਗੇ ਮੇਰੀ ਪੋਸਟ ਥੱਲੇ ਬਈ ਬਾਈ ਗਾਣਾ ਤਾਂ ਗਾਣਾ ਹੀ ਹੁੰਦਾ ਗਾ, ਹੁਣ ਗਾਣਾ ਗਾਣੇ 'ਚ ਤਾਂ ਕੁਛ ਨਹੀਂ ਹੁੰਦਾ ਗਾ, ਹੁਣ ਗਾਣਾ ਤਾਂ ਸੁਣਨਾ ਹੀ ਆ। ਉਹਨਾਂ ਨੂੰ ਮੈਂ ਇਹ ਗੱਲ ਕਹਿਣਾ ਚਾਹੁੰਦਾ ਬਾਈ ਤੁਸੀਂ ਇਹ ਸੋਚੋ ਯਾਰ, ਜਦੋਂ ਵਾਰੀ ਸੀਗੀ ਕਿਸਾਨਾਂ ਬਾਰੇ ਬੋਲਣ ਦੀ, ਕਿਸਾਨਾਂ ਦੇ ਹੱਕ 'ਚ ਖੜਨ ਦੀ, ਮੈਂ ਮੰਨਦਾ ਵੀ ਐਮੀ ਵਿਰਕ ਹੁਣੀ ਝੂਠੀਆਂ ਨਸੀਹਤਾਂ ਦਿੰਦੇ ਰਹੇ ਜਾ ਕੇ ਧਰਨਿਆਂ ਤੇ, ਬਈ ਆਏ ਬਾਲੀਵੁੱਡ ਬਾਰੇ ਬੋਲਦੇ ਨਹੀਂ, ਬਾਲੀਵੁੱਡ ਵਾਲੇ ਚੁੱਪਣੇ, ਬਾਲੀਵੁੱਡ ਵਾਲੇ ਆਏ ਨੇ ਜਾਉਣੇ, ਬਾਲੀਵੁੱਡ ਨੂੰ ਇੱਥੋਂ ਤੱਕ ਕੇ ਗਾਲਾਂ ਵੀ ਕੱਢ ਚੁੱਕੇ ਨੇ। ਉਹ ਯਾਰ ਤੁਸੀਂ ਅਕਲ ਨੂੰ ਹੱਥ ਮਾਰੋ, ਅੱਜ ਉਹੀ ਬੰਦੇ ਉਹੀ ਜਿਹੜੇ ਧਰਨਿਆਂ ਤੇ ਜਾ ਕੇ ਬਾਲੀਵੁੱਡ ਵਾਲਿਆਂ ਨੂੰ ਗਾਲਾਂ ਕੱਢਦੇ ਸੀ, ਅਕਸ਼ੇ ਕੁਮਾਰ ਨੂੰ ਗਾਲਾਂ ਕੱਢਦੇ ਸੀ, ਅੱਜ ਉਹੀ ਬੰਦੇ ਉਹਨਾਂ ਨਾਲ ਸ਼ੂਟਿੰਗ ਕਰੀ ਜਾਂਦੇ ਆ, ਜਿਹੜੇ ਜੀ ਮੀਡੀਆ ਨੂੰ ਉਹ ਨਿੰਦਦੇ ਸੀਗੇ ਤੇ ਅੱਜ ਉਸੇ ਬੈਨਰ ਥੱਲੇ ਉਹ ਫਿਲਮ ਬਣਾ ਰਹੇ ਆ। ਬਾਈ ਇਹ ਬੰਦਿਆਂ ਬਾਰੇ ਤੁਸੀਂ ਆਪਦੇ ਮਨ ਵਿੱਚ ਅੰਦਾਜ਼ਾ ਲਗਾ ਸਕਦੇ ਹੋ ਵੀ ਇਹਨਾਂ ਨੂੰ ਕਿਹੜੇ ਸ਼ਬਦ ਨਾਲ ਨਵਾਜਿਆ ਜਾ ਸਕਦਾ, ਇਹਨਾਂ ਨੂੰ ਆਪਾਂ ਕੀ ਕਹਿ ਸਕਦੇ ਹਾਂ। ਤੁਸੀਂ ਇਹ ਸਮਝ ਸਕਦੇ ਹੋ ਕਿ ਉੱਤੋਂ ਉੱਤੋਂ ਤਾਂ ਇਹ ਕਿਸਾਨਾਂ ਦਾ ਸਾਥ ਦੇ ਰਹੇ ਆ, ਪਰ ਅੰਦਰੋਂ ਸਾਰੇ ਇਹ ਇੱਕ ਹੀ ਆ। ਜਿਹੜੇ ਬੰਦਿਆਂ ਨੇ ਕਿਸਾਨਾਂ ਦਾ ਸਾਥ ਹੀ ਨਹੀਂ ਦਿੱਤਾ, ਕਿਸਾਨਾਂ ਬਾਰੇ ਗਲਤ ਬੋਲਦੇ ਆ, ਆਪਾਂ ਉਹਨਾਂ ਨੂੰ ਕਿਉਂ ਸੁਣੀਏ ਬਾਈ? ਦੱਸੋ ਤੁਸੀਂ, ਆਪਾਂ ਉਹਨਾਂ ਨੂੰ ਦੱਸੋ ਕਿਉਂ ਸੁਣੀਏ? ਕਿਉਂਕਿ ਉਹਨਾਂ ਨੇ ਆਪਣਾ ਸਾਥ ਹੀ ਨਹੀਂ ਦਿੱਤਾ। ਤੁਸੀਂ ਮੈਨੂੰ ਰੱਜ ਕੇ ਗਾਣਾ ਕੱਢ ਸਕਦੇ ਹੋ, ਰੱਜ ਕੇ ਮੈਨੂੰ ਡਿਸਲਾਈਕ ਕਰ ਸਕਦੇ ਹੋ, ਬਾਈ ਜੋ ਸੱਚ ਹੈ ਉਹ ਤਾਂ ਸੱਚ ਹੀ ਹੈ, ਠੀਕ ਹੈ। ਕਿਸਾਨਾਂ ਦਾ ਸਾਥ ਦੇਵੋ, ਗਾਣੇ ਕੱਢੋ ਯਾਰ, ਤੁਹਾਡੇ ਸਾਰੇ ਗਾਣੇ ਸੁਣਨਗੇ। ਤੁਸੀਂ ਕਿਸਾਨਾਂ ਦਾ ਸਾਥ ਕਿਉਂ ਨਹੀਂ ਦਿੰਦੇ? ਪੰਜਾਬ ਨੇ ਤੁਹਾਨੂੰ ਅੱਜ ਤੱਕ ਰੋਟੀ ਦਿੱਤੀ ਹੈ, ਪੰਜਾਬ ਨੇ ਤੁਹਾਨੂੰ ਬਣਾਇਆ, ਫਿਰ ਤੁਸੀਂ ਅੱਜ ਕਿਸਾਨਾਂ ਤੋਂ ਕਿਉਂ ਮੂੰਹ ਮੋੜ ਲਿਆ? ਅੱਜ ਦੀ ਬੇਨਤੀ ਮੇਰੀ ਇੰਨੀ ਕਹੀ ਆ, ਜੇ ਕੁਝ ਗਲਤ ਬੋਲਿਆ ਗਿਆ ਹੋਵੇ ਤਾਂ ਮਾਫ਼ ਕਰਨਾ। ਸਤਿ ਸ਼੍ਰੀ ਅਕਾਲ ਜੀ, ਮਿਲਾਂਗੇ ਅਗਲੀ ਨਵੀਂ ਵੀਡੀਓ ਦੇ ਵਿੱਚ।